ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਮਾਜ ਸੇਵੀ ਸੁਖੀ ਬਾਠ ਸੰਸਾਰ ਭਰ ਵਿੱਚ ਵਸਦੇ ਚੇਤਨ ਪੰਜਾਬੀਆਂ ਵਿੱਚ ਹਰਮਨ ਪਿਆਰੀ ਸ਼ਖਸੀਅਤ ਨੇ। ਉਹਨਾਂ ਵੱਲੋਂ ਸਮੇਂ-ਸਮੇਂ ਤੇ ਭਾਵੇਂ ਬਹੁਤ ਸਾਰੇ ਲੋਕ ਪੱਖੀ ਕਾਰਜ ਕੀਤੇ ਜਾਂਦੇ ਨੇ, ਪਰ ਸਰੀ ਵਿੱਚ ਪੰਜਾਬੀ ਪਿਆਰਿਆਂ ਦੀ ਸਹੂਲਤ ਦੇ ਲਈ ਪੰਜਾਬ ਭਵਨ ਦੀ ਤਿਆਰੀ ਕਰਕੇ ਉਹਨਾਂ ਕੈਨੇਡਾ ਦੀ ਧਰਤੀ ਉੱਤੇ ਵੀ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਸੁਖੀ ਬਾਠ ਅਤੇ ਉਹਨਾਂ ਦੇ ਪਰਿਵਾਰ ਵਿੱਚ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਜਜ਼ਬਾ ਹਮੇਸ਼ਾ ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਸੁਖੀ ਬਾਠ ਪਟਿਆਲਾ ਵਿਖੇ ਝੁੱਗੀਆਂ ਝੌਂਪੜੀਆਂ ਵਾਲਿਆਂ ਵਾਸਤੇ ਈਵਨਿੰਗ ਸਕੂਲ ਵਿੱਚ ਮੁਫਤ ਵਿਦਿਆ ਪ੍ਰਾਪਤ ਕਰ ਰਹੇ ਗਰੀਬ ਬੱਚਿਆਂ ਨੂੰ ਮਿਲਣ ਲਈ ਗਏ। ਇਸ ਮੌਕੇ ਤੇ ਉਹਨਾਂ ਬੱਚਿਆਂ ਨਾਲ ਵਕਤ ਬਿਤਾਇਆ ਅਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਸੁਖੀ ਬਾਠ ਨੇ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਗੁਰੂ ਨਾਨਕ ਚੈਰੀਟੇਬਲ ਟਰੱਸਟ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ। ਕਾਬਲੇ ਗੌਰ ਹੈ ਕਿ ਸੁਖੀ ਬਾਠ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਕੂਲਾਂ ਵਿੱਚ ਜਾਣਗੇ। ਦੋਸਤੋ, ਅੱਜ ਪਟਿਆਲਾ ਵਿਖੇ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਵਿਖੇ ਵਿਚਰਨ ਦਾ ਮੌਕਾ ਮਿਲਿਆ। ਮੈਂ ਵੈਸੇ ਅੱਜ ਇਹਨਾਂ ਝੁੱਗੀਆਂ ਵਿੱਚ, ਇਹਨਾਂ ਬੱਚਿਆਂ ਵਿੱਚ ਵਿਚਰ ਕੇ ਮਹਿਸੂਸ ਕੀਤਾ ਕਿ ਕਦੀ ਕਦੀ ਵਾਹਿਗੁਰੂ ਅੱਲਾ ਤਾਲਾ ਨੂੰ ਕਈ ਜੀਅ ਪੈਦਾ ਕਰਕੇ ਵਾਹਿਗੁਰੂ ਭੁੱਲ ਜਾਂਦੇ ਨੇ ਉਹਨਾਂ ਨੂੰ, ਕਿ ਅੱਜ ਜਿਸ ਤਰ੍ਹਾਂ ਇੱਥੇ ਮਹਿਸੂਸ ਹੋਇਆ ਨਿੱਕੇ ਨਿੱਕੇ ਨੰਨੇ ਵੰਨੇ ਬੱਚੇ ਜੋ ਕੱਲ੍ਹ ਦੇ ਸਟਾਰ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਝੋਪੜੀਆਂ ਵਿੱਚ ਰੁੜ ਰਹੇ ਨੇ। ਅਤੇ ਜਿਹੜੀ ਇਹ ਸੰਸਥਾ ਹੈ, ਮੈਂ ਸੰਸਥਾ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਬੀੜਾ ਚੁੱਕਿਆ ਹੈ, ਇਹਨਾਂ ਨੂੰ ਇਹਨਾਂ ਝੁੱਗੀਆਂ ਦੇ ਵਿੱਚ ਟੀਚਰ ਹਾਇਰ ਕਰਕੇ, ਇਹਨਾਂ ਨੂੰ ਹਰ ਕਿਤਾਬਾਂ ਹਰ ਸਟੇਸ਼ਨਰੀ ਦੇ ਕੇ ਇਹ ਬੱਚਿਆਂ ਨੂੰ ਐਜੂਕੇਟ ਕਰ ਰਹੇ ਨੇ। ਅਤੇ ਉਸ ਟਾਈਮ ਮੈਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੋਈ, ਮੇਰਾ ਦਿਲ ਬਹੁਤ ਬਾਗੋ ਬਾਗ ਹੋਇਆ ਜਿਸ ਟਾਈਮ ਮੈਂ ਇਹਨਾਂ ਝੁੱਗੀਆਂ ਵਿੱਚ ਪੜ੍ਹ ਰਹੇ ਬੱਚਿਆਂ, ਜਿਨ੍ਹਾਂ ਵਿੱਚੋਂ ਕੁਛ ਬੱਚਿਆਂ ਨੇ ਨਰਸਿੰਗ ਦੇ ਵਿੱਚ ਜਾਂ ਹੋਰ ਹਾਈ ਸਕੂਲ ਕਰਕੇ ਹੋਰ ਛੋਟੇ ਛੋਟੇ ਕੋਰਸਾਂ ਦੇ ਵਿੱਚ ਦਾਖਲਾ ਲਿਆ ਹੈ। ਸੋ ਮੈਂ ਇਸ ਸੰਸਥਾ ਦੇ ਮੁਖੀ ਜੱਸੀ ਉਹਨਾਂ ਨੂੰ ਵਧਾਈ ਦਿੰਦਾ ਹੈ, ਅਤੇ ਆਪਣੀ ਸੰਸਥਾ ਵੱਲੋਂ ਸੁਖੀ ਬਾਠ ਫਾਊਂਡੇਸ਼ਨ ਵੱਲੋਂ ਆਉਣ ਵਾਲੇ ਟਾਈਮ ਵਿੱਚ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਸਥਾ ਨੂੰ ਸਹਾਇਤਾ ਦਿੰਦਾ ਰਹਾਂਗਾ। ਪੇਦਰੀ ਵੱਲੋਂ ਗੁਰੂ ਨਾਨਕ ਚੈਰੀਟੇਬਲ ਫਾਊਂਡੇਸ਼ਨ ਇਹਨਾਂ ਬੱਚਿਆਂ ਲਈ, ਜਿਹੜੇ ਬੱਚੇ ਨਾਥਾਂ ਜੋਗੀਆਂ ਦੇ ਨੇ, ਚਲਾਈ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਜੱਸੀ ਪੇਦਨੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਬੱਚੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ ਔਰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸਕੂਲ ਔਰ ਅੱਖਰ ਤੱਕ ਪਹੁੰਚਣਾ ਹੀ ਨਹੀਂ ਸੀ, ਉਹ ਜੱਸੀ ਪੇਦਨੀ ਜੀ ਬੜਾ ਵੱਡਾ ਉੱਦਮ ਹੈ। ਔਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਸੁਖੀ ਬਾਠ ਫਾਊਂਡੇਸ਼ਨ ਕੈਨੇਡਾ ਵਾਲੇ ਸਾਡੇ ਇੱਥੇ ਪਹੁੰਚੇ ਹੈ ਔਰ ਉਹਨਾਂ ਨੇ ਜੱਸੀ ਪੇਦਨੀ ਜੀ ਨੂੰ ਔਰ ਬੱਚਿਆਂ ਨੂੰ ਬਹੁਤ ਜ਼ਿਆਦਾ ਇਹਨਾਂ ਦੇ ਆਉਣ ਨਾਲ ਉਤਸ਼ਾਹ ਮਿਲਿਆ ਔਰ ਉਹਨਾਂ ਨੇ ਆਸ਼ੀਰਵਾਦ ਦਿੱਤਾ ਕਿ ਅਸੀਂ ਇਸ ਫਾਊਂਡੇਸ਼ਨ ਨਾਲ ਇਹਨਾਂ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਦੀ ਅਸੀਂ ਮਦਦ ਕਰ ਸਕਦੇ ਹੋਏ ਪੂਰੀ ਕਰਾਂਗੇ।